ਪੰਜਾਬ ਦੇ ਨਿਕਾਮ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਪਣੇ ਸ਼ਹਿਰ ਦੇ ਅੰਦਰ ਪੈਂਦੇ ਨਗਰ ਨਿਗਮ ਅੰਮ੍ਰਿਤਸਰ ਵਿੱਚ ਨਿਗਮ ਦੇ ਮੁਲਾਜ਼ਮਾਂ ਦਾ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਦੇ ਚਲਦੇ ਨਿਗਮ ਦੇ ਦੋ ਪ੍ਰਮੁੱਖ ਵਿਭਾਗ ਦਮਕਲ ਵਿਭਾਗ ਅਤੇ ਨਿਗਮ ਅਧਿਕਾਰੀਆਂ ਨੇ ਤਨਖਾਹ ਨਾ ਮਿਲ ਪਾਉਣ ਦੇ ਕਾਰਨ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਤਨਖਾਹ ਨਾ ਮਿਲ ਪਾਉਣ ਦੇ ਕਾਰਨ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵਿਲੰਬ ਹੋ ਰਿਹਾ ਅਤੇ ਇਸ ਵਿੱਚੋਂ ਉਹਨਾਂ ਦੀ ਕਈ ਜ਼ਰੂਰੀ ਕਿਸ਼ਤਾਂ ਜੋ ਜਾਣੀਆਂ ਸੀ ਉਹ ਵੀ ਨਹੀਂ ਜਾ ਸਕੀਆਂ, ਜਿਸ ਕਾਰਨ ਉਹਨਾਂ ਦਾ ਜੀਣਾ ਦੁਸ਼ਵਾਰ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 19 ਕਰੋੜ ਦੀ ਗ੍ਰਾਂਟ ਵਿਭਾਗ ਦੇ ਆਪਸ ਆਈ ਹੈ, ਲੇਕਿਨ ਇਸ ਵਿੱਚੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ, ਜੋ ਕਿ ਗਲਤ ਹੈ, ਅਤੇ ਇਸ ਵਾਰ ਉਹਨਾਂ ਦੀ ਤਨਖਾਹ ਜਲਦੀ ਦਿੱਤੀ ਜਾਵੇ, ਨਹੀਂ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਪਿਛਲੇ 3 ਮਹੀਨੇ ਤੋਂ ਸਾਰੇ ਸਟਾਫ ਨੂੰ ਤਨਖਾਹ ਨਹੀਂ ਮਿਲੀ, ਸਾਰੇ ਬੱਚੇ ਬੰਦੇ ਕੰਮ ਕਰਦੇ, ਜਿਹੜੇ 9000 ਤਨਖਾਹ ਮਿਲਦੀ ਆ, ਪਰ ਅੱਜ ਕੱਲ੍ਹ ਤੁਸੀਂ ਦੱਸੋ ਪੈਸਾ ਕੋਈ ਬਣਦਾ? ਬੱਚਿਆਂ ਦੀ ਤਨਖਾਹ ਨਹੀਂ ਗਈ, ਬੱਚਿਆਂ ਦੀਆਂ ਫੀਸਾਂ ਨਹੀਂ ਗਈਆਂ, ਬੀਮੇ ਦੀਆਂ ਕਿਸ਼ਤਾਂ ਨਹੀਂ ਗਈਆਂ, ਜਿਹੜੀ 7 ਤਰੀਕ ਨੂੰ ਸਾਰੀ ਕਟੌਤੀ ਜਾਂਦੀ ਬੈਂਕਾਂ ਤੋਂ ਕਰਜ਼ੇ ਲਏ ਆ, ਉਹਨਾਂ ਦੀ ਕੋਈ ਵਾਪਸੀ ਨਹੀਂ ਹੋਈ। ਇਸ ਕਰਕੇ ਅਸੀਂ ਸਾਰੇ ਮੁਲਾਜ਼ਮ, ਸਾਰਾ ਸਟਾਫ ਬੈਂਕਾਂ ਤੋਂ, ਬੀਮੇ ਤੋਂ ਤੇ ਸਕੂਲਾਂ ਤੋਂ ਡਿਫਾਲਟਰ ਹੋ ਗਏ ਆ। ਇਹਦੀ ਪੋਜੀਸ਼ਨ ਮਾੜੀ ਕਦੀ ਵੇਖੀ ਨਹੀਂ ਸਾਰੀ 20 ਸਾਲ ਸਿਰਸ ਹੋ ਗਈ ਆ। ਕਾਰਪੋਰੇਸ਼ਨ ਦੇ ਵਿੱਚ ਪਿਛਲੇ ਸਮੇਂ ਦੌਰਾਨ 19 ਕਰੋੜ ਰੁਪਈਆ 14 ਪੇ ਕਮਿਸ਼ਨ ਦੀ ਜਿਹੜੀ ਆ ਉਹਦੀ ਗ੍ਰਾਂਟ ਆਈ ਆ, ਲੇਕਿਨ ਸਰਕਾਰ ਦੀਆਂ ਹਦਾਇਤਾਂ ਨਵੀਆਂ ਜਾਰੀ ਹੋ ਗਈਆਂ ਨੇ ਕਿ ਇਹਨਾਂ ਵਿੱਚੋਂ ਜਿਹੜਾ 19-18 ਕਰੋੜ ਰੁਪਈਏ ਦੇ ਵਿੱਚੋਂ ਮੁਲਾਜ਼ਮਾਂ ਨੂੰ ਕੋਈ ਜਿਹੜਾ ਪੈਸਾ ਨਹੀਂ ਦੇਣਾ, ਉਹ ਸਿਰਫ ਡਿਵੈਲਪਮੈਂਟ ਵਾਸਤੇ ਜਿਹੜੇ ਪੈਸੇ ਖਰਚੇ ਜਾਣਗੇ। ਸਾਡੀ ਮੰਗ ਹੈ ਕਿ ਜਿਸ ਤਰ੍ਹਾਂ ਪਹਿਲਾਂ ਮੁਲਾਜ਼ਮਾਂ ਨੂੰ ਇਹ ਗ੍ਰਾਂਟ ਦੇ ਵਿੱਚੋਂ, ਯੂਡੀ ਦੀ ਗ੍ਰਾਂਟ ਦੇ ਵਿੱਚੋਂ ਪੈਸੇ ਦਿੱਤੇ ਜਾਂਦੇ ਸੀਗੇ, ਤਨਖਾਹਾਂ ਰਿਲੀਜ਼ ਕੀਤੀਆਂ ਜਾਂਦੀਆਂ ਸੀ, ਉਸੇ ਤਰ੍ਹਾਂ ਹੀ ਇਹ ਜਿਹੜੀਆਂ ਹੁਣ ਵੀ ਪੈਸੇ ਦੇ ਵਿੱਚੋਂ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜਾਣ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ, ਚਮਕ ਦੀ ਰਿਪੋਰਟ, ਚੈਨਲ 2।